ਫਿਲੌਰ ਦੇ ਨਜ਼ਦੀਕ ਪਿੰਡ ਗੜਾ ਦੇ ਤਜਿੰਦਰਪਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਫਿਲੌਰ ਕਚਹਿਰੀ ਵਿੱਚ ਆਰਜ਼ੀ ਨਵੀਜ਼ ਦਾ ਕੰਮ ਕਰਦਾ ਹੈ ਤੇ ਜਦੋਂ ਉਹ ਸ਼ਾਮ ਵੇਲੇ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਇੰਨੇ ਨੂੰ 5-6 ਨੌਜਵਾਨਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਫਿਲੌਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਦਾਖਲ ਕਰਵਾਇਆ ਗਿਆ ਤੇ ਉਸ ਨੇ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਫਿਲੌਰ ਵਿਖੇ ਦੇ ਦਿੱਤੀ ਗਈ ਹੈ। ਜਦੋਂ ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਦੇ ਬਿਆਨ ਲੈਣ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੱਲ ਲੜਾਈ ਕਿਵੇਂ ਹੋਈ ਤੁਹਾਡੀ? ਬਾਬਾ ਸਾਹਿਬ ਲੱਗਾ ਸੀਗਾ 5-1 ਵਜੇ ਅਤੇ ਇਹ 6-7 ਜਣੇ ਇਹਦੇ ਵਿੱਚ ਵਿਜੈ ਬਾਬੇ, ਜੈਲਾ, ਰਾਜੂ ਕੜਿਆਣਾ, ਬੱਬੂ ਅਤੇ 3 ਹੋਰ ਸੀਗੇ ਬੰਦੇ। ਇਹਨਾਂ ਨੇ ਰਲ ਕੇ ਪਿੱਛੇ ਹਮਲਾ ਕੀਤਾ, ਹਥਿਆਰ ਦੇ ਨਾਲ ਸਿਰ ਦੇ ਵਿੱਚ ਮਾਰਿਆ ਕੁਛ ਅਤੇ ਮਾਰ ਕੇ ਅਤੇ ਫਿਰ ਪਤਾ ਨਹੀਂ ਕਾਫੀ 6-7 ਜਣੇ ਇੱਕਦਮ ਪੈ ਗਏ ਕੁੱਟਣ ਲੱਗ ਪਏ ਜੀ ਅਤੇ ਲੱਤ ਮਾਰੀਆਂ, ਲੱਤਾਂ ਲੁੱਤਾਂ ਮਾਰ ਕੇ ਹਥਿਆਰਾਂ ਦੇ ਨਾਲ ਵੀ ਕੁੱਟਮਾਰ ਕਰਕੇ ਅਤੇ ਦੌੜ ਗਏ ਉਸ ਨੇ ਅਤੇ ਜਾਨਾ ਮਹਾਰਾਜ ਦੀਆਂ ਧਮਕੀਆਂ ਦਿੰਦੇ ਆ ਕਿ ਇਹਨੂੰ ਜਾਨਾ ਮਾਰ। ਤੁਸੀਂ ਕੰਪਲੇਂਟ ਕੀਤੀ ਹੈ? ਹਾਂਜੀ ਕੰਪਲੇਂਟ ਕੀਤੀ ਹੋਈ ਹੈ। ਅਤੇ ਮੁਲਾਜ਼ਮ ਆ ਗਏ? ਹਾਂਜੀ ਮੁਲਾਜ਼ਮ ਆਏ ਸੀਗੇ ਜੀ। ਆਏ ਸੀਗੇ? ਹਾਂਜੀ। ਹਾਂਜੀ ਡਾਕਟਰ ਸਾਹਿਬ, ਜਿਹੜਾ ਕੱਲ੍ਹ ਤੇਜਿੰਦਰ ਕੁਮਾਰ 'ਤੇ ਸੱਟਾਂ ਲੱਗੀਆਂ ਹੈਗੀਆਂ ਅਤੇ ਉਹ ਤੁਹਾਡੇ ਕੋਲ ਕੱਲ੍ਹ ਮਰੀਜ਼ ਆਇਆ, ਉਹਦੇ ਬਾਰੇ ਦੱਸਿਓ। ਤੇਜਿੰਦਰ ਪਾਲ, 32 ਸਾਲ ਉਮਰ, ਵਿਲੇਜ ਗੜਾ ਦਾ ਰੈਜੀਡੈਂਟ ਆ। ਕੱਲ੍ਹ ਸਾਨੂੰ ਗੁਰਦੇਵ ਰਾਜ ਕੱਲ੍ਹ ਸ਼ਾਮੀ ਸਾਡੇ ਕੋਲ ਇੱਥੇ 6 ਵਜੇ ਆਇਆ। ਉੱਥੇ ਹਮਲਾ ਹੋਇਆ ਜਿਵੇਂ ਕਿ MLC ਪਰਚੇ 'ਤੇ ਵੀ ਲਿਖਵਾਇਆ ਗਿਆ। ਉਹਦੇ 3 ਕੁ ਸੱਟਾਂ ਲੱਗੀਆਂ ਨੇ, ਇੱਕ ਸਿਰ ਵਿੱਚ ਅਤੇ ਨੱਕ ਵਿੱਚ ਅਤੇ ਇੱਕ ਬੁੱਲ ਵਿੱਚ। ਫਿਲਹਾਲ ਵਾਸਤੇ ਅਸੀਂ ਤੁਹਾਨੂੰ ਇੰਨਾ ਹੀ ਦੱਸ ਸਕਦੇ ਹਾਂ, ਬਾਕੀ ਸਿਟੀ ਹੈੱਡ ਵਾਸਤੇ ਅਸੀਂ ਐਡਵਾਈਸ ਕੀਤਾ ਹੋਇਆ, ਜਲੰਧਰ ਰੈਫਰ ਕੀਤਾ ਹੋਇਆ ਪੇਸ਼ੈਂਟ। ਓਕੇ, ਥੈਂਕ ਯੂ। ਵਿੱਚ ਮੁੰਡੇ ਦੁਕਾਨ 'ਤੇ ਆ ਕੇ ਅੰਦਰ ਕਾਊਂਟਰ 'ਤੇ ਆ ਕੇ ਕੁਛ ਮੁੰਡਿਆਂ ਨੇ ਹਮਲਾ ਕੀਤਾ ਹੈਗਾ, ਉਹਦੇ ਬਾਰੇ ਤੁਸੀਂ ਕੀ? ਉਹਦੇ ਬਾਰੇ ਜਿਹੜੀ ਮੈਨੂੰ ਸਿਵਲ ਹਸਪਤਾਲ ਤੋਂ ਚਿੱਟ ਮਸੂਲ ਹੋਈ ਆ, ਉਸ ਸੰਬੰਧੀ ਮੈਂ ਤਾਂ ਬਿਆਨ ਹਾਸਲ ਕਰਨ ਸਿਵਲ ਹਸਪਤਾਲ ਆਇਆ। ਜਿੱਦਾਂ ਦਾ ਉਹ ਬਿਆਨ ਲਿਖਾਊਗਾ ਉਹੋ ਜੀ ਉਹਦੀ ਕਾਰਵਾਈ ਕੀਤੀ। ਠੀਕ ਹੈ ਜੀ। ਅਤੇ ਮੁੰਡੇ ਕੋਈ ਪਛਾਣ 'ਚ ਆਈ? ਹਾਂ ਹਾਂ, ਉਹਨਾਂ ਨੂੰ ਬਾਈ ਨੇ ਪਤਾ ਜੀ। ਜੀ ਠੀਕ ਹੈ।